वेलकम टू खन्ना न्यूज लाइव। जिला फतेहगढ़ साहिब दी लोहा नगरी मंडी गोबिंदगढ़ दे नाल लगदे पिंड तूरा विखे गुरुद्वारा साहिब विच श्री गुरु ग्रंथ साहिब दी बेअदबी दा मामला सामने आया है। यह सारी घटना सीसीटीवी कैमरे विच कैद हो गई। इस घटना दौरान पिंड वालियां विच काफी रोष है। उत्थे ही श्रोमणी गुरुद्वारा प्रबंधक कमेटी दे मैंबरां वल्लों सख्त कार्रवाई करन दी मंग कीती। दूजे पासे प्रशासन वल्लों मामला दर्ज करके आरोपी नूं गिरफ्तार कर लिया गया है। अपने तूरा पिंड च थाना मंडी गोविंदगढ़ के अंदर एक बड़ी मंदभागी घटना सामने आई है जी। जिन्हें भी शब्दों की निंदा की है घट है। पुलिस महकमे वालों पूरी मुस्तैदी काम करते हुए बंदे की गिरफ्तारी पाके परचा रजिस्टर करता गया है जी। बाकी तफ्तीश जारी है जी। का खालसा वाहिगुरु जी की फतेह। परम सत्कार योग गुरु रूप गुरु खालसा साध संगत जीओ। पिंड तूरा जी बेअदबी गुरु साहब की सवेरे हुई आ। किन्ने बजे आया जी बंदा? ये 4:15 ते आया जी। 4:15 ते बीबिया आईया ने गुरद्वारा साहब। जदों बीबिया आईया इन्हों के नाल ही अंदर बड़ गया है महाराज वाले। जदों अंदर बड़िया माइया ने मत्था टेक के बाहर आ गई। झाड़ू चकने होंगे ने उन्होंने। 18-20 साल तो सेवा कर रही ने गुरद्वारा साहब अपने। ਜਦੋਂ ਝਾੜੂ ਚੱਕਣ ਆਈਆਂ ਉਹਨੇ ਜਦੇ ਆਲੇ ਦੁਆਲੇ ਦੇ ਕੁੰਡੇ ਆਪਣੇ ਬੰਦ ਕਰਕੇ ਉਹਦੇ ਬਾਅਦ ਦੇ ਵਿੱਚ ਬੇਅਦਬੀ ਕਰਨੀ ਸ਼ੁਰੂ ਕਰ ਦਿੱਤੀ ਉਹਨੇ। ਪਹਿਲਾਂ ਮਹਾਰਾਜ ਦੇ ਕੰਨੀ ਨੂੰ ਪਿੱਠ ਕਰੀ ਬੈਠਾ ਤਾ। ਫਿਰ ਉਹਦੇ ਬਾਅਦ ਦੇ ਵਿੱਚ ਉਹਨੇ ਸ਼ਸਤਰ ਵੀ ਸਾਰੇ ਖੰਡਾ ਦਿੱਤੇ ਅਤੇ ਮਹਾਰਾਜ ਦੇ ਉੱਤੇ ਜਾ ਕੇ ਬਹਿ ਗਿਆ। ਉਸ ਟਾਈਮ ਤੱਕ ਬਾਬਾ ਤੁਸੀਂ ਕਿੱਥੇ ਸੀ? ਮੈਂ ਜਿਹੜੀ ਇਹ ਸੰਗਤ ਆ ਪਹਿਲਾਂ ਫੋਨ ਕੀਤੇ ਸਾਰਿਆਂ ਨੂੰ, ਕੋਈ ਨਹੀਂ ਆਇਆ। ਫਿਰ ਅਸੀਂ ਚਾਰੇ ਜਣੇ, ਦੋਵੇਂ ਮੁੰਡੇ ਮੇਰੇ ਘਰ ਦੇ ਸਾਡੇ, ਅਸੀਂ ਬੁਲਾਉਂਦੇ ਰਹੇ ਇਹਨਾਂ ਲੋਕਾਂ ਨੂੰ ਵੀ ਭਾਈ ਆਓ ਇਹ ਅੰਦਰ ਤਾਂ ਜੀ। ਕਿਉਂ ਬੀਬੀਆਂ ਇਹ ਕਹਿ ਰਹੀਆਂ ਤੀਆਂ ਵੀ ਬਾਹਰ ਤੋਂ ਭਾਈ ਬਾਹਰ ਆ, ਇਹ ਬਾਹਰ ਨਹੀਂ ਆਇਆ ਜੀ ਗੁਰਦੁਆਰਾ ਸਾਹਿਬ ਤੋਂ ਅੰਦਰ 'ਤੇ। ਜਾਣੂ ਆਏ ਅਸੀਂ ਸਾਡੇ ਘਰਦਿਆਂ ਨੇ ਇਹਨੇ ਗੱਲ 'ਤੇ ਕਿਰਪਾਨ ਰੱਖ ਲਈ ਅੰਦਰ 'ਤੇ ਆ ਕੇ। ਫਿਰ ਮਹਾਰਾਜ ਤੋਂ ਬੈਠ ਕੇ ਉੱਠ ਕੇ ਆਏ ਆ ਬਾਹਰ। ਆ ਕੇ ਮੈਨੂੰ ਐਂ ਹੋਇਆ ਵੀ ਕੋਈ ਇਹਦੇ ਹੈ ਨਹੀਂ ਜਿਹਦੇ ਕਿਰਪਾਨ ਰੱਖ ਲਈ ਘਰਦਿਆਂ ਦੇ ਸਾਡਿਆਂ 'ਤੇ। ਉਹ ਤੋਂ ਬਾਅਦ ਦੇ ਵਿੱਚ ਜਦੋਂ ਮੈਂ ਆਇਆ ਮਹਾਂ ਕੀ ਕਰਦਾ ਤੂੰ, ਕਹਿੰਦਾ ਆਹ ਕਰਦਾ ਮੈਂ। ਦੁਬਾਰਾ ਜਾ ਕੇ ਫਿਰ ਮਹਾਰਾਜ 'ਤੇ ਬਹਿ ਗਿਆ ਹੈ। ਇਹ ਬੇਅਦਬੀ ਇਹਨੇ ਕੀਤੀ ਆ ਬਹੁਤ। ਇਹ ਇਨਸਾਫ ਆ ਜਿਹੜਾ ਸਾਨੂੰ ਮਿਲਣਾ ਚਾਹੀਦਾ, ਕਿਉਂਕਿ ਹਰ ਥਾਂ 'ਤੇ ਹੀ ਜਿਹੜੀ ਪੁਲਿਸ ਆ ਇਹ ਕਹਿ ਦਿੰਦੀ ਆ ਕਿ ਜਿਹੜਾ ਕੋਈ ਵੀ ਬੰਦਾ ਵੀ ਮੈਂਟਲ ਆ। ਹੁਣ ਵੀ ਇਹ ਵੀਡੀਓ ਜਿਹੜੀ ਦੇਖ ਰਹੇ ਨੇ ਵੀਰ, ਇਹ ਵੀ ਕਹਿ ਰਹੇ ਨੇ ਕਹਿੰਦੇ ਵੀ ਮੈਂਟਲ ਆ ਇਹ ਬੰਦਾ। ਮੈਂਟਲੀ ਜਿਹੜੀ ਹੈ ਇਹ 2 ਦਿਨ 'ਤੇ ਇਹਨੇ ਆਪਣੇ ਕਾਗਜ਼ਾਂ 'ਤੇ ਲਿਖਾ ਲਈ ਕੋਈ ਮੈਂਟਲ ਨਹੀਂ। ਇਹ ਮੁੰਡਾ ਕੱਪੜੇ ਸਿਉਂਦਾ, ਵਧੀਆ ਬਣਾਉਂਦਾ ਕੱਪੜੇ ਸਾਰੇ ਤਰ੍ਹਾਂ ਦੇ। ਇਹਦਾ ਨਾਂ ਜਿਹੜਾ ਹੈ ਇਹਦੇ ਬਾਪ ਦਾ ਮਹਿੰਦਰ ਸਿੰਘ ਆ ਜੀ। ਇਹਦਾ ਨਾਂ ਮਹਿਵੀ ਆ ਜੀ, ਜਿਹਨੇ ਬੇਅਦਬੀ ਕਰੀ ਆ ਗੁਰਦੁਆਰਾ ਸਾਹਿਬ ਦੀ। ਆਪਾਂ ਤਾਂ ਇਹੀ ਚਾਹੀਦਾ ਇਨਸਾਫ ਕਿ ਸਤਿਗੁਰਾਂ ਦੀ ਜਿਹੜੀ ਬੇਅਦਬੀ ਕੀਤੀ ਆ ਇਹਨੂੰ ਕੜੀ 'ਤੇ ਕੜੀ ਸਜ਼ਾ ਜਿਹੜੀ ਤੁਹਾਡੇ ਘਰ ਮਿਲਣੀ ਚਾਹੀਦੀ ਆ। ਤੁਹਾਡੇ ਘਰਦਿਆਂ ਦਾ ਜਿਹੜੀ ਗੱਲਬਾਤ ਉਹ ਕਹਿੰਦੇ ਆ ਕਿ ਸਾਡੇ ਜਦੋਂ ਅਸੀਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕਿਰਪਾਨਾਂ ਰੱਖ ਲਈਆਂ। ਹਾਂਜੀ ਹਾਂ, ਕਿਰਪਾਨਾਂ ਉਹਨਾਂ ਜਦੋਂ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਇਹਦੇ ਗਲ 'ਤੇ ਕਿਰਪਾਨ ਰੱਖੀ ਆ ਉਹਨੇ। ਜੇ ਕੋਈ ਮਾੜੀ ਜੀ ਕਿੱਛੇ ਖਿੱਚ ਲੈਂਦਾ ਉਹ ਕਿਰਪਾਨ ਇਹਨੂੰ ਗਲ ਵੱਢ ਕੇ ਸੁੱਟ ਦਿੰਦਾ ਇਹਨਾਂ ਦਾ। ਜਦੋਂ ਫਿਰ ਮੈਂ ਦੁਬਾਰਾ ਤਾਰਿਆ ਇਹਦੇ 'ਤੇ ਪੂਰਾ ਸੋਧਾ ਲਾ ਕੇ ਅਸੀਂ ਨਿਵਾਰ ਤਾਰਿਆ। ਇਹ ਇੰਨੀ ਜਾਣੀ ਕਿ ਇਹ ਘਟਨਾ ਹੋਈ ਹੈ ਜੀ। ਸਾਨੂੰ ਇਹੀ ਇਨਸਾਫ ਆ ਜਿਹੜਾ ਸਾਰੇ ਨਗਰ ਨੂੰ ਸਾਰੇ ਪੰਜਾਬ ਨੂੰ ਇਨਸਾਫ ਮਿਲਣਾ ਚਾਹੀਦਾ। ਜਿੱਥੇ ਬੇਅਦਬੀ ਹੁੰਦੀ ਆ ਬਸ ਉੱਥੇ ਹੀ ਗੱਲ ਇਹ ਆ ਵੀ ਫਲਾਣੇ ਥਾਂ ਪਾਗਲ ਤਾ, ਫਲਾਣੇ ਥਾਂ ਫੀਮ ਖਾਂਦਾ ਤਾ ਬੰਦਾ, ਵੀ ਤਾਂ ਕਰਕੇ ਹੋ ਗਿਆ। ਜਿਹੜੀ ਬੇਅਦਬੀ ਹੁੰਦੀ ਆ ਜਾਣ ਬੁੱਝ ਕੇ ਕਰਾਉਂਦੇ ਨੇ ਵੀ ਸਾਡਾ ਜਿਹੜਾ ਗੁਰੂ ਆ, ਸਾਡਾ ਗੁਰੂ ਕਹਿੰਦਾ ਮਹਾਰਾਜ ਦੇ ਉੱਪਰ ਬੈਠੋ ਤਾਂ ਕਾਹੋ ਜਾ। ਇਹ ਗੱਲਾਂ ਸਾਡੇ ਨਾਲ ਇਹ ਮੁੰਡੇ ਨੇ ਕੀਤੀਆਂ ਜਦੋਂ ਇਹਦੀ ਕਟਾਈ ਪੂਰੀ ਕਰੀ ਆ ਮੈਂ ਕਰੀ ਆ। ਇਹ ਕਹਿੰਦਾ ਜੀ ਸਾਡੇ ਕੋਲ ਕਰਕੇ ਗਿਆ ਨੇ, ਜਮਾਂ ਸਪਸ਼ਟ ਹੋ ਗਿਆ। ਪਹਿਲਾਂ ਕਰਦਾ ਤਾ ਤਰ ਪਰ ਜੀ, ਜਦੋਂ ਇਹਦੀ ਕਟਾਈ ਹੋਈ ਇਹਨਾਂ ਜਿਵੇਂ ਮੈਂ ਬੋਲ ਰਿਹਾ ਏਕਣ ਬੋਲਦਾ ਤੋਤੇ ਮੂੰਹ ਸਾਰੀ ਚੀਜ਼ ਵੀ ਮੈਨੂੰ 5-7 ਬੰਦਿਆਂ ਨੇ ਭੇਜਿਆ ਜੀ। ਐਂ ਨਹੀਂ ਪਤਾ ਵੀ ਕਿਹਨੇ ਭੇਜਿਆ, ਕਿਹਦਾ ਨਾਂ ਲੈਂਦਾ ਇਹ। ਇਹਨਾਂ ਕੁ ਜਾਣੀ ਕਿ ਸਾਨੂੰ ਦੁਬਾਰਾ ਫਿਰ ਇਹੀ ਬੇਨਤੀ ਆ ਵੀ ਜਿਹੜਾ ਇਨਸਾਫ ਆ ਸਾਨੂੰ ਮਿਲਣਾ ਚਾਹੀਦਾ, ਕਿਉਂਕਿ ਸੰਗਤ ਦਾ ਸਾਰੀ ਸੰਗਤ ਨੂੰ ਬੇਨਤੀ ਆ ਕਿ ਭਾਈ ਜਿਹੜਾ ਕੋਈ ਪਾਗਲ ਆ ਉਹਨੂੰ ਪਾਗਲ ਨੂੰ ਆਪਣੇ ਘਰਾਂ ਰੱਖਿਆ ਕਰੋ। 2 ਵਾਰੀ ਇਹ ਮਹੀਨੇ ਦੇ ਵਿੱਚ ਸਾਡੇ ਗੱਲ ਘਟਨਾ ਜਿਹੜੀ ਹੋ ਚੁੱਕੀ ਆ, ਸਾਰੀ ਸੰਗਤ ਨੂੰ ਮੈਂ ਕਹਿੰਦਾ ਪਹਿਲਾਂ ਵੀ ਜਿਹੜਾ ਪਹਿਲਾਂ ਬੰਦਾ ਬਾਹਰ ਤੋਂ ਜੀ ਅਸੀਂ ਨੇ ਮੋੜਿਆ ਉਹ
क्यों मैनू पता लग गया पागला ओनू बार से मोड़िया जी मैं ये बंदे तो सानू कोई नहीं तो भी पागल आ ये तो बंदा वधिया जी पुलिस सानू कहिंदी आ भी ये जिहड़ा पागल है इहनां सानू इंसाफ मिलना चाहिए। वाहेगुरु जी का खालसा वाहेगुरु जी की फतेह। वाहेगुरु जी का खालसा वाहेगुरु जी की फतेह। दास रविंदर सिंह खालसा मैंबर श्रोमणी गुरुद्वारा प्रबंधक कमेटी हलका अमलोह कि मेरे हल्के दे अंदर अज नगर तूरां गुरुद्वारा सिंह सभा जो थाना मंडी गोबिंदगढ़ दे विच पैंदा है सत्कारयोग साध संगत जी तो उत्थे एक घटना वापरी है कि 4 बजे के करीब जदों महाराज का प्रकाश करके गुरु का वजीर बाहर निकलिया तो बीबियां सेवा कर रही सगिया तो वह सिर्फ इन्हें आके सतगुरु श्री गुरु ग्रंथ साहिब पातशाह की बेअदबी की है तो जिथे असी उस घटना की निखेधी करते हैं कि सतगुरु सच्चे पातशाह उस व्यक्ति को सज़ा आप तुरंत देन तो उत्थे असी पुलिस प्रशासन तो यह बेनती करते हैं कि इस व्यक्ति को क्योंकि सिख धर्म में ही क्यों इस तरह के जिहड़े व्यक्ति ने वो पेंदे ने गुरु ग्रंथ साहिब क्यों पेंदे ने होर कदे किसी धर्म की बेअदबी या किसी धर्म की कोई इस तरह की घटना कदे नहीं वापरी तो साड़ी सनेमर बेनती है कि इस व्यक्ति पर परचा दर्ज करके तो ये तो पूरी जाँच पड़ताल करके कि ये बैक तो किहड़े बंदे जिहड़े ने यह घटना करवा रहे हैं। मेरी सनेमर बेनती पुलिस प्रशासन में है क्योंकि मानयोग SSP साहब नाल भी गल हुई है तो मानयोग SHO साहब नाल भी गल हुई है मंडी गोबिंदगढ़ उन्होंने भी भरोसा दवाया कि असीं इहदे बिल्कुल कार्रवाई बनती कार्रवाई कानूनी जो है वह करांगे तो साड़ी सनेमर बेनती कि तुरंत इहदी जांच पड़ताल करके संगतां दे सामने जिहड़ा इंसाफ है वह आना चाहिए। वाहेगुरू जी का खालसा वाहेगुरू जी की फतेह। बड़ियां जखलियां दोनों।